ਆਪਣੇ ਸਫ਼ਰਾਂ ਨਾਲ ਜੁੜੇ ਸਾਰੇ ਭੈਣਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਇਸ ਵੇਲੇ ਆਪਾਂ ਓਮਾਨ ਦੇ ਅਲ ਕਾਮਿਲ ਦੇ ਵਿੱਚ ਖੜ੍ਹੇ ਹਾਂ। ਅਲ ਕਾਮਿਲ 'ਚ ਇਹ ਆਪਣਾ ਦੂਜੀ ਰਾਤ ਸੀ, ਇੱਥੇ ਨੇੜੇ ਤੇੜੇ ਬਹੁਤ ਸਾਰੀਆਂ ਥਾਵਾਂ ਸੀ ਦੇਖਣ ਵਾਲੀਆਂ, ਉਹ ਦੇਖੀਆਂ ਆਪਾਂ। ਬੇਨਤੀ ਇਹ ਹੋ ਕਿ ਵੀਡੀਓ ਨੂੰ ਲਾਈਕ ਕਰਿਓ, ਕਮੈਂਟ ਕਰਕੇ ਦੱਸੋ ਵੀ ਆਪਣੇ ਸਫ਼ਰ ਕਿਵੇਂ ਲੱਗਦੇ ਆ ਤੁਹਾਨੂੰ। ਅਤੇ ਅੱਜ ਗਾਹਾਂ ਅਸ਼ਕਰਾ ਵੱਲ ਨੂੰ ਵਧਾਂਗੇ। ਇੱਥੋਂ ਹੁਣ ਸਮਾਨ ਚੱਕਦੇ ਹਾਂ, ਸਾਈਕਲਾਂ ਤੱਕ ਪਹੁੰਚਦੇ ਹਾਂ। ਮੱਖੀਆਂ ਉੱਡੀ ਜਾਂਦੀਆਂ ਨੇ, ਹਜੇ ਕਿ ਮੁੰਡੇ ਨਹਾਤੇ ਵੀ ਆ। ਸਾਈਕਲਾਂ 'ਤੇ ਸਮਾਨ ਲੱਦ ਕੇ ਫਿਰ ਗਾਹ ਨੂੰ ਵਧਾਂਗੇ। ਠੀਕ, ਜਾੜ ਦੁਖੀ ਜਾਂਦੀ ਵੀਰ ਜੀ ਦੀ, ਦਾੜ ਦੁਖਦੀ ਹੈ ਨਾ ਤੇਰੀ? ਮੈਂ ਜਾੜ ਕਹਿਣਾ ਹੁੰਦਾ। ਜਿੱਥੇ ਜਿੱਥੇ ਆਪਣੇ ਪੰਜਾਬੀ ਭਰਾ ਬੈਠੇ ਆ, ਉੱਥੇ ਉੱਥੇ ਉਹਨਾਂ ਘਰਾਂ ਦੇ ਵਿੱਚ ਜਾ ਕੇ ਆਪਾਂ ਨੂੰ ਘਰ ਦਾ ਲੰਗਰ ਪ੍ਰਸ਼ਾਦਾ ਮਿਲ ਜਾਂਦਾ। ਸ਼ੁਕਰਾਨ। ਕਿਆ ਬਾਤ ਆ ਜਾਂਦੀ ਹੈ, ਉਹੀ ਭੁੱਖ ਲੱਗ ਗਈ ਹੋਰ ਵੀ। ਕੱਢਣਾ ਪਊਗਾ, ਕੱਢਣਾ ਪਊਗਾ ਪੂਰੀ ਕੋਈ ਅੱਧੀ। ਡਰ ਗਿਆ ਉਹਦੇ, ਉਹ ਅੱਧੀ ਆ ਤੇ ਅੱਧੀ ਤੇ ਮਾਸ ਫਿਰ ਗਿਆ ਯਾਰ। ਦੇਵ ਭਾਅ ਜੀ ਅੱਜ ਵੈਸੇ ਜਿੰਨਾ ਚਿਰ ਡਾਕਟਰ ਕੋਲ ਲੈਂਦਾ ਆਪਣਾ ਟੂਰ ਪੂਰਾ ਹੀ ਨਹੀਂ ਹੁੰਦਾ। ਅੰਤਰਰਾਸ਼ਟਰੀ ਟੂਰ ਤੇ ਜਾਣਾ ਘਟਾ ਰਹੇ ਯਾਰ। ਮੈਨੂੰ ਇੱਕ ਗੱਲ ਦੀ ਹੈਰਾਨੀ ਆਈ ਜਾਂਦੀ ਆ, ਪਿੰਡ ਮੈਂ ਦੇਖਿਆ ਪਿੰਡ ਦਾ ਡਾਕਟਰ ਨੂੰ ਦੋ ਤਿੰਨ ਓਮਾਨ ਦੇ ਇਹ ਹਸਪਤਾਲ ਦੇ ਵਿੱਚ ਬਲਦੇਵ ਦਾ ਜਾੜ ਦਾ ਆਪਰੇਸ਼ਨ ਕਰਵਾਇਆ। ਜਾੜ ਕਢਾ ਤੀ ਬਾਈ ਦੀ, ਅਤੇ ਜਾੜ ਕਿਹੜੀ ਕੱਢੀ ਗਈ ਆ? ਅਕਲ ਜਾੜ। ਵੀਰ ਹੁਣੀ ਅਣਕਣ ਲਾ ਕੇ ਬੈਠੇ ਜਾ ਜੇ ਇੱਥੇ, ਆਹ ਜਾੜ ਕੱਢੀ ਆ। ਥੈਂਕ ਯੂ ਡਾਕਟਰ। ਵਾਟਸ ਯੂਅਰ ਨੇਮ? ਮਾਈ ਨੇਮ ਇਜ਼ ਓਮੇਗਾ ਡਾਕਟਰ ਓਮੇਗਾ। ਡਾਕਟਰ ਮਾਈ ਨਾਲ ਨਦਰੀ ਡੈਂਟਲ। ਯੂ ਫਰੋਮ ਵੇਅਰ? From Muscat. Oh, from Oman. And you from? India. Kerala? Yes. Yeah, good. Thanks a lot. Welcome. Yeah, ਬਲਦੇਵ ਦੀ ਆਹ ਜਾੜ। ਬਲਦੇਵ ਕਹਿੰਦਾ ਵੀ ਮੈਂ ਆਪਣੇ ਉੱਥੇ ਡਾਕਟਰਾਂ ਤੋਂ ਕਢਾਉਣ ਦੀ ਕੋਸ਼ਿਸ਼ ਕੀਤੀ ਸੀ, ਮੱਥਾ ਮੁੱਥਾ ਮਾਰੀ ਗਏ ਤਾਂ ਉਹਨਾਂ ਤਾਂ ਕੱਢੀ ਨਹੀਂ ਗਈ। ਪੰਜ ਹਜ਼ਾਰ ਰੁਪਇਆ ਵੀਹ ਰਿਆਲ ਦੇਵ ਸਿੰਘ ਕਿੱਡੀ ਵੱਡੀ ਜਾੜ ਤੇਰੀ ਬਾਈ ਜੀ, ਹੁਣ ਅਕਲ ਦਾ ਕਿਵੇਂ ਕਰਾਂਗੇ? ਸਾਦੀ ਪਈ ਸਾਰੀ ਆ ਬਿੰਦ, ਤੁਹਾਡੀ ਵੀ ਬਾਲੀ ਸੀ ਬਾਬਾ। ਚਲੋ ਥੈਂਕ ਯੂ ਡਾਕਟਰ। ਯਾ ਸੋਹਣਾ ਕੁਇਕ ਸਰਵਿਸ ਹੈ ਇਹਨਾਂ ਦੀ। ਅਸੀਂ ਆਏ ਹਾਂ ਅਤੇ ਆਉਣ ਸਾਰ ਸਾਡੀ ਜੜ ਕੱਢ ਕੇ ਬਾਹਰ ਰੱਖਤੀ ਇਹਨਾਂ ਨੇ। ਪਿਛਲੇ ਦੋ ਤਿੰਨ ਦਿਨਾਂ ਤੋਂ ਦਵਾਈ ਦਵੂਈ ਲੈਂਦਾ ਰਿਹਾ ਲੜਕਾ ਆਪਣਾ, ਪਰ ਲੋਟ ਨਹੀਂ ਹੋਇਆ ਸੀਗਾ। ਕਿਵੇਂ? ਹਾਂ ਆ ਜਾ ਵੀਰੇ। ਆ ਜਾਓ ਭਾਅ ਜੀ, ਲਓ ਤੁਹਾਡੀ ਟੋਪੀ। ਦਵਾਈ ਪੁੱਛ ਲਓ ਕਿੱਥੋਂ ਮਿਲਦੀ ਤੁਹਾਨੂੰ? ਦਵਾਈ ਉਹਨਾਂ ਨੇ ਕਿਹਾ ਵੀ ਇਕੱਲੀ ਪੈਨਾਡੋਲ ਲੈਣੀ ਆ, ਉਹ ਹੈਗੀ ਆ, ਅਤੇ ਐਂਟੀਬਾਇਓਟਿਕ ਲੈਣੀ ਨਹੀਂ ਕੋਈ। ਬਸ ਜਿਹੜੇ ਪਰਹੇਜ਼ ਦੇ ਜੱਸੇ ਆਪਾਂ ਉਹੀ ਕਰਨੇ ਆ ਬਾਈ। ਇਹ ਹਸਪਤਾਲ ਹੈ ਇਹਨਾਂ ਦਾ। ਬਾਈ ਵੀਰ ਦਮ ਲੈ ਲਓ ਹੁਣ ਤੁਸੀਂ, ਥੁੱਕਣਾ ਨਹੀਂ ਅਤੇ ਬੋਲਣਾ ਨਹੀਂ, ਥੁੱਕਣਾ ਵੀ ਨਹੀਂ ਅਤੇ ਬੋਲਣਾ ਵੀ ਨਹੀਂ। ਕਹਿੰਦੇ ਆਪਰੇਸ਼ਨ ਹੋਊਗਾ, ਆਪਰੇਸ਼ਨ ਵੱਡਾ ਆਪਰੇਸ਼ਨ ਮੰਨ ਕੇ ਚਲੋ, ਨਿੱਕਾ ਨਹੀਂ ਬਈ, ਪੂਰਾ ਸੀਰੀਅਸ ਕੰਮ ਸੀਗਾ। ਆ ਭੋਰੀ ਉਹਨਾਂ ਨੇ ਆ ਇੱਕ ਮਲੋੜ ਸਾਹਿਬ ਬਹੁਤ ਮਸ਼ਹੂਰ ਡਾਕਟਰ ਆ, ਸੰਨੀ 'ਚ ਲੈ ਕੇ ਖਿੱਚੀ ਉੱਤੋਂ ਭੁਰ ਗਈ ਅਤੇ ਨਿਕਲੀ ਨਹੀਂ ਬਾਈ ਇਹ। ਆ ਉੱਤੋਂ ਉੱਤੋਂ ਦੰਦੇ ਭੁਰਦੇ? ਹਾਂ, ਅਤੇ ਇਹਨਾਂ ਨੇ ਮੰਤਰੀ ਲਾਇਆ ਇਹਦੇ ਮਾੜੀ ਕਰ ਦਿੱਤੀ। ਮੈਂ ਤਾਂ ਕਹਿਣਾ ਵੀ ਜੇ ਦੂਜੀ ਜਗ੍ਹਾ ਦਾ ਆਪਰੇਸ਼ਨ ਤੁਸੀਂ ਕਰਾਉਣਾ ਪਿਆ ਤਾਂ ਸਪੈਸ਼ਲ ਐਕਸਰੇ ਕਰਾ ਕੇ ਲੈ ਕੇ ਜਾਊਂਗਾ। ਸਾਰਾ ਸਾਰਾ ਪੀੜ ਨਾ ਕਢਾ ਦਈਏ ਤੇਰਾ? ਉਹਨੇ ਕਿਹਾ ਬੋਲਣਾ ਨਹੀਂ ਅਤੇ ਤੂੰ ਉਹਦਾ ਚੁੱਪ ਨਹੀਂ ਕੀਤਾ, ਜ਼ਿਆਦਾ ਕਰਤੀ ਆ ਜੁੰਮਾ। ਇਹ ਹਸਪਤਾਲ ਆ, ਇੱਥੇ ਪਾਪਾ ਜੀ ਬੈਠੇ ਆ। ਬਾਈ ਜੀ ਆ ਜਾਓ ਚੱਲੀਏ, ਤੁਹਾਡੀ ਅਕਲ ਜੜ ਕਢਾਤੀ, ਹੁਣ ਘੱਟ ਬੋਲਣਾ ਤੁਸੀਂ। ਠੀਕ ਆ ਯਾਰ ਦੇਬੇ। ਹਾਂਜੀ ਬਾਈ ਜੀ, ਜੜ ਬਹੁਤ ਵਧੀਆ ਕੱਢੀ ਉਹਨਾਂ ਨੇ। ਅੱਛਾ, ਕੀ ਕਹਿੰਦੇ ਕੀ ਆ? ਉਹ ਆਂਦੇ ਆ ਵੀ ਆਈਸਕ੍ਰੀਮ ਖਾਣੀ ਆ ਤੁਸੀਂ ਅੱਧੇ, ਜਦੋਂ ਇਹ ਬਾਹਰ ਰੂੰ ਜੀ ਕੱਢਤੀ। ਅੱਛਾ, ਇੱਕ ਤਾਂ ਆਈਸਕ੍ਰੀਮ ਖਾਣੀ ਆ ਤੇ ਇੱਕ ਪੈਨਾਡੋਲ ਦੀ ਗੋਲੀ ਲੈਣੀ ਆ।
ਪੈਣਾ ਪੂਣਾ ਟੋਲ ਨੂੰ ਛੱਡੋ ਬਾਲਟਾ ਗਰੀਸ ਦਾ ਲਾ ਉਹਦਾ ਲੈਣੇ ਆ ਗਰੀਸ ਦੇ ਵਿੱਚ ਜਾਂ ਠੋਕ ਦਿੰਨੇ ਵਿੱਚ ਆਈਸਕ੍ਰੀਮ ਚ ਭਾ ਦੇਣਾ ਦੇ ਆਈਸਕ੍ਰੀਮ ਦੇ ਵਿੱਚ ਬਿਠਾ ਦਿੰਨੇ ਨਹੀਂ ਤੇ ਗਰੀਸ ਦੇ ਵਿੱਚ ਬਿਠਾ ਦਿੰਨੇ ਦੋ ਚੀਜ਼ਾਂ ਚੰਗੀਆਂ ਹੁੰਦੀਆਂ ਚੱਕੋ ਭਾਜੀ ਕਿਹੜੀ ਲੈਣੀ ਆ ਆਹੀ ਲੈ ਜੀ ਬਟਰ ਸਕੋਚ ਹੈ ਕਿ ਕਿਹੜੀ ਆ ਕਿਹੜੀਆਂ ਦੋ ਤਿੰਨ ਲੈ ਲਈਏ ਚਾਰ ਲੈ ਲੈਂਦੇ ਹਾਂ ਸਮੇਂ ਸਮੇਂ 'ਤੇ ਖਾਂਦਾ ਰਹੂਗਾ ਜਵਾਕਾਂ ਵਾਂਗੂ ਅੱਜ ਇਹਦੇ ਹੋ ਗਿਆ ਬਹੁਤ ਆ ਵੀਰੇ ਹੈ ਨਾ ਹਾਂ ਬੜੀ ਹੈ ਸ਼ੋਪਿੰਗ ਵਾਲੀ ਲੈਣੀ ਆ ਇੱਕ ਇਹ ਵੀ ਲੈ ਲਓ ਬਾਈ ਜਿਹੜੀ ਜੀ ਕਰੂਗਾ ਬਾ ਬਾਲੀ ਵੀ ਨਹੀਂ ਵਿਗੜ ਜਾਣਾ ਫਿਰ ਉਹਨੇ ਅੱਜ ਲੜਕਾ ਭੂ ਕਰਗਾ ਕਰਕੇ ਉਠਾਦਾ ਪਿੱਛੇ ਇਹ ਕਹਿੰਦੇ ਭਾਈ ਵੀ ਤੁਸੀਂ ਅੱਜ ਦਾ ਦਿਨ ਆਰਾਮ ਕਰੋ ਰੈਸਟ ਕਰੋ ਜਾੜ ਕੱਢੀ ਆ ਮਾਫ਼ੀ ਮੁਸ਼ਕਿਲ ਜਾੜ ਕੱਢਣ ਦਾ ਖਰਚਾ ਲਿਆ ਇਹਨਾਂ ਨੇ 21 ਰਿਆਲ ਇੱਕ ਦੇਵ ਗੁਣਾ ਕਰੀ 3 ਰਿਆਲ ਲਿਆ ਐਕਸਰੇ ਦੇ 3 ਰਿਆਲ ਫੀਸ ਆ 6 ਰਿਆਲ ਹੋ ਗਏ 6 27 ਰਿਆਲ ਲੱਗ ਗਏ ਆਪਣੇ ਹਾਂ ਬਾਕੀ ਜਾੜ ਕੱਢਣ ਦੇ ਲਏ 21 ਕੁੱਲ 21 ਰਿਆਲ ਲਏ ਆਪਣੇ 21 ਰਿਆਲ 21 ਰਿਆਲ ਖਰਚਾ ਆਇਆ ਸਾਰੇ ਕਾਸੇ ਦਾ ਇੱਥੇ 21 ਨਾਲ ਦੀ ਨਾਲ ਜੇ ਕਰਤਾ ਇਹਨਾਂ ਨੇ ਐਂਟੀਬਾਇਓਟਿਕ ਕੋਈ ਵੀ ਨਹੀਂ ਦਿੱਤੀ 4500 ਰੁਪਏ ਚ ਮੁੰਡੇ ਜੜ ਕੱਢ ਕੇ ਉਹ ਬਿਠਾਤਾ ਭੂ ਕਰਕੇ ਕਰਕੇ ਅੱਜ ਇੱਥੇ ਹੀ ਰਵਾਂਗੇ ਅਲਕਾਮਲ ਦੇ ਵਿੱਚ ਬਾਈ ਹੁਣਾਂ ਨਾਲ ਸੀਗੇ ਅਤੇ ਆਈਸਕ੍ਰੀਮ ਖਾਣੀ ਆ ਬਾਕੀ ਓਕੇ ਆ ਸ਼ਾਮ ਨੂੰ ਘੁੰਮਣ ਜਾਵਾਂਗੇ ਕਿਸੇ ਪਾਸੇ ਉਦੋਂ ਤੀਕ ਸੂਤ ਹੋ ਜਾਣਾ ਇਹਨੇ ਆਈਸਕ੍ਰੀਮਾਂ ਲੈ ਚੁੱਪੜ ਦੀਆਂ ਦਿਖਾਇਓ ਭਾਅ ਜੀ ਪੈਨਾਡੋਲ ਇੱਥੇ ਸਿਰਫ ਪੈਰਾਸੀਟਾਮੋਲ 500 mg ਲੈਂਦੇ ਆ ਇਹ ਸਾਰੇ ਕਾਸੇ ਵਾਸਤੇ ਦਿੱਬੇ ਇਹੀ ਪੇਨ ਕਿਲਰ ਇਹਨਾਂ ਦੀ ਹੈ ਨਾ ਸਾਰੇ ਪਾਸੇ ਅੱਜ ਦੁਪਹਿਰੇ ਦੇਵ ਦਾ ਆਪਰੇਸ਼ਨ ਹੋਣੇ ਜਾ ਕਰਕੇ ਉਹ ਨਗ ਦੰਦ ਕਢਾਇਆ ਕਰਕੇ ਪਏ ਜੇ ਰਹੇ ਰੈਸਟ 'ਤੇ ਸੀ ਬਾਈ ਵਰਗੇ ਹਜੇ ਵੀ ਘੂਕੀ ਚੜ੍ਹੀ ਪਈ ਆ ਉਹ ਕੀ ਕਹਿੰਦੇ ਹੁੰਦੇ ਆ ਟੀਕਾ ਲਾਇਆ ਸੀਗਾ ਦੰਦ ਦੇ ਵਿੱਚ ਤਾਂ ਕਰਕੇ ਘੂਕੀ ਕਰਕੇ ਨੀਂਦ ਆਉਂਦੀ ਆ ਹਜੇ ਬਾਈ ਜੀ ਠੀਕ ਹੋ ਵੈਸੇ ਮੁਸ਼ਕਿਲ ਨਹੀਂ ਪੈਟ ਡਾਈਲੋਗ ਸਿੱਖ ਗਿਆ ਰੁਪਈਆਂ ਦਾ ਮੁਸ਼ਕਿਲ ਨਹੀਂ ਮੁਸ਼ਕਿਲ ਨਹੀਂ ਅਤੇ ਬਾਈ ਹੋਣਾ ਦੇ ਇੱਥੇ ਵਿੱਚ ਵੱਜਦੇ ਫਿਰਦੇ ਆ ਉਹ ਬਾਈ ਹੋਣਾ ਦੇ ਇੱਥੇ ਮਿੱਤਰ ਨੇ ਅਤੇ ਉਹ ਮਿੱਤਰ ਇੱਥੇ ਉਹ ਉਹਨਾਂ ਦਾ ਫਾਰਮ ਆ ਇਹ ਫਾਰਮ ਕਹਿਣ ਤੋਂ ਭਾਵ ਵੀ ਇੱਥੇ ਖੇਤ ਹੀ ਆ ਉਹਨਾਂ ਦਾ ਇੱਕ ਤਰ੍ਹਾਂ ਦਾ ਇੱਥੇ ਸੈਂਡ ਡਿਊਨਸ ਮਾਰੂ ਥਲਾਂ ਦਾ ਅਸਲੀ ਰੇਤਾ ਜਿਹੜੇ ਇੱਥੇ ਹੁੰਦਾ ਜੀ ਅੱਗੇ ਨਾ ਬਾਈ ਆਪਾਂ ਇੱਥੋਂ ਡਿਊ ਸੈਂਡ ਚੱਕੀ ਆ ਪਹਿਲਾਂ ਚੰਗਾ ਤਿੱਲਾ ਹੁੰਦਾ ਸੀ ਤਕੜਾ ਠੀਕ ਆਪਣੇ ਟਿੱਪਰ ਦੇ ਨਾਲ ਜੇਸੀਬੀਆਂ ਲਾ ਕੇ ਸਾਰਾ ਚੱਕਿਆ ਤੇ ਇੱਥੋਂ ਬਾਈ ਰੇਤਾ ਕਿਤੇ ਵੀ ਚੱਕ ਕੇ ਲਿਜਾ ਸਕਦੇ ਆ ਨਹੀਂ ਨਹੀਂ ਗੈਰ ਕਾਨੂੰਨੀ ਆ ਆ ਲੇਕਿਨ ਸਿਰਫ ਇੱਕ ਅਮਾਨੀਆਂ ਦਾ ਕਰਕੇ ਨਾ ਆਪਾਂ ਤੇ ਉਹ ਚੱਕਦੇ ਆ ਆਪਾਂ ਲੇਕਿਨ ਪਰ ਮੁਸ਼ਕਲ ਆ ਮੁਸ਼ਕਲ ਆ ਹਾਂ ਲਾਜ਼ਮ ਪਰਮਿਸ਼ਨ ਚਾਹੀਦੀ ਆ ਤਾਰਾਂ ਲੱਗੀਆਂ ਹੋਈਆਂ ਬਾਈ ਇਹਨਾਂ ਦੀ ਬਾਉਂਡਰੀ ਕੀਤੀ ਹੋਈ ਆ ਇਹਨਾਂ ਦੀ ਬਾਉਂਡਰੀ ਕੀਤੀ ਆ ਜਿੱਦਾਂ ਲੇਕਿਨ ਕੋਈ ਕਬਜ਼ਾ ਹੁੰਦਾ ਜਿੱਦਾਂ ਥੋੜ੍ਹਾ ਥੋੜ੍ਹਾ ਹੋਰ ਬਾਕੀ ਪੱਕਾ ਪੇਪਰ ਨਹੀਂ ਹੁੰਦਾ ਕੋਈ ਵੀ ਅਤੇ ਇਹ ਸਿਰਫ ਇੱਕ ਕਬਜ਼ਾ ਹੀ ਆ ਮਤਲਬ ਇਹਨਾਂ ਦੀ ਵੀ ਬਾਈ ਥਾਵਾਂ ਦੀ ਜਿਵੇਂ ਬਾਈ ਹੋਣੀ ਇਹਨਾਂ ਦਾ ਥਾਂ ਹੈ ਜਿੱਥੇ ਫਿਰਦੇ ਹਾਂ ਆਪਾਂ ਇਹ ਇੱਕ ਥਾਂ ਇਹਨਾਂ ਦਾ ਪੱਕਾ ਨਹੀਂ ਗਾ ਉੱਦਾਂ ਹੀ ਵੜ ਲੈਂਦੇ ਆ ਕੋਈ ਰਜਿਸਟਰੀ ਨਹੀਂ ਖੁੱਲ੍ਹੀ ਖੇੜੀ ਆ ਨਹੀਂ ਕੁਛ ਨਹੀਂ ਇੱਥੇ ਰਜਿਸਟਰੀ ਨਹੀਂ ਕਹਿੰਦੇ ਇੱਥੇ ਮਲਕੀਆ ਕਹਿੰਦੇ ਜਿੱਦਾਂ ਕੋਈ ਮਲਕੀਆ ਨਹੀਂ ਠੀਕ ਆ ਬਾਕੀ ਇਹਨਾਂ ਦਾ ਏਰੀਆ ਸਹੀ ਮੈਨੇਜ ਅਸਲੀ ਏਰੀਆ ਤਾਂ ਇਹਨਾਂ ਦਾ ਮਾਰੂਥਲਾਂ ਦੇ ਜਹਾਜ਼ ਆਪਣੇ ਨਾਲ ਦਿਨਾਂ 'ਚ ਉੱਥੇ ਨਵੰਬਰ 'ਚ ਮੇਲਾ ਲੱਗਦਾ ਹੁੰਦਾ ਬਾਈ ਪੁਸ਼ਕਰ ਹਾਂਜੀ ਅਤੇ ਪੁਸ਼ਕਰ ਮੇਲੇ 'ਤੇ ਇਹਨਾਂ ਦੀ ਚੰਗੀ ਪੁੱਛਗਿੱਛ ਹੁੰਦੀ ਆ ਸਹੀ ਹੈ ਕੋਈ ਆ ਤਾਂ ਮਲ ਰੇਸ ਵੱਲ ਮਲ ਆਹਦਾ ਰੇਸ ਮਾਸ਼ਾ ਅੱਲਾ ਫੀਸ ਵੀ ਤਾਲੀਮ ਸੱਸੀ ਦੇ ਪੈਰ ਨੂੰ ਮੋਜ ਇੱਥੇ ਆਈ ਸੀ ਹੈ ਬਾਈ ਉਹ ਜਿਹੜਾ ਰੇਸ ਵਾਲਾ ਊਠ ਹੈ ਅੱਛਾ ਉਹਨੂੰ ਤਲੀਮ ਦਿੰਦੇ ਆ ਓਕੇ ਓਕੇ ਹਾਂ ਸਿਖਲਾਈ ਦਿੰਦੇ ਆ ਇਹਨੂੰ ਜੀ ਅਤੇ ਇਹ ਜਿਹੜਾ ਇਹ ਉੱਦਾਂ ਆ ਨੋਰਮਲ ਹੀ ਆ ਅੱਛਾ ਆਹ ਜਿਹੜਾ ਊਠ ਸਾਹਮਣੇ ਖੜਾ ਇਹ ਰੇਸਾਂ 'ਚ ਭੱਜਦਾ ਇਹ ਦੌੜਾਕ ਆ ਇਹ ਹਾਂ ਠੀਕ ਹੈ ਸ਼ੌਕੀਨ ਆ ਚੋਬਰਾ ਹਾਂ ਬਿਲਕੁਲ ਕਿਵੇਂ ਹਰਾ ਚਾਰਾ ਪਾਇਆ ਹੋਇਆ ਇਹ ਬਾਈ ਜੀ ਮੂਹਰੇ ਬਰਸੀਮ ਪਾਇਆ ਹੋਇਆ ਇਹਦੇ ਹਾਂ ਬਰਸੀਮ ਆ ਬਿਲਕੁਲ ਠੀਕ ਆ ਰੇਤਿਆਂ 'ਤੇ ਬੰਨੇ ਹੋਏ ਊਠ ਖੁੱਲ੍ਹੀਆਂ ਖੇਡਾਂ ਇਹਨਾਂ ਦੀਆਂ ਹੋਰ ਬਹੁਤ ਹੈ ਉੱਪਰਲੇ ਪਾਸੇ ਇਹਦੇ ਠੀਕ ਆ ਸਾਨੂੰ ਆਪਾਂ ਨੂੰ ਦੇਵ ਕਿੱਥੇ ਮਿਲਿਆ ਸੀ ਇੱਕ ਬੰਦਾ ਉਹ ਦੱਸਦਾ ਸੀ ਕਹਿੰਦਾ ਇੱਥੋਂ ਦੇ ਇੱਕ ਬਾਈ ਕੋਲੇ ਮਤਲਬ ਤਿੰਨ ਚਾਰ ਸੂਟ ਵੀ ਰੱਖੇ ਹੋਏ ਨੇ ਹਾਂ ਜਿਹੜੇ ਅਸੀਂ ਸਾਨੂੰ ਰਾਹ 'ਚ ਊਠ ਮਿਲਦੇ ਆ ਬਾਈ ਅਸੀਂ ਵੇਖਦੇ ਹਾਂ ਹਾਂਜੀ ਵਾਰਾਂ ਫਿਰਦੇ ਹੁੰਦੇ ਆ ਬਾਹਰ ਹਾਂਜੀ ਇਹ ਕਿਸੇ ਦੇ ਹੁੰਦੇ ਆ
ਹਾਂ ਨਹੀਂ ਇੱਦਾਂ ਓਮਾਨੀਆਂ ਦੇ ਹੁੰਦੇ ਉਹ ਊਂ ਮਤਲਬ ਦਿਨੇ ਇਹਨਾਂ ਨੂੰ ਖੁੱਲ੍ਹਾ ਛੱਡ ਦਿੰਦੇ ਖੁੱਲ੍ਹਾ ਛੱਡ ਦਿੰਦੇ ਆ ਅਤੇ ਕੋਈ ਆਦਮ ਸ਼ਾਨ ਬੋਸ਼ ਵੋਕਤ ਫੀ ਬਰਰਾ ਖੱਲੀ ਬਾਅਦਿਨ ਬਲੇ ਲੀਗੀ ਯਾਨੀ ਮਿੰਨੀ ਬੋਸ਼ ਵਾਲਾ ਹੋਏਗੀ ਉਹ ਆਪਣੇ ਆਪ ਹੀ ਇੱਥੇ ਆ ਜਾਂਦੇ ਕਹਿੰਦੇ ਹਾਂ ਹਾਂ ਉਹ ਕਹਿੰਦਾ ਆ ਹਾਂ ਕਹਿੰਦਾ ਹਫ਼ਤਾ ਹਫ਼ਤਾ ਦਸ ਦਸ ਦਿਨ ਬਾਹਰ ਰਹਿ ਜਾਂਦੇ ਆ ਫਿਰ ਆਪਣੇ ਆਪ ਇੱਥੇ ਆ ਜਾਂਦੇ ਆ ਇਹ ਲੱਭਣ ਲੁੱਭਣ ਨਹੀਂ ਜਾਂਦੇ ਫਿਰ ਨਾ ਹਾਂ ਹਾਂ ਮਕਾਨ ਮਾਲੋ ਮਾਲੋ ਲੇਕਿਨ ਇਹਦਾ ਉਹ ਬੈਦ ਬੈਦ ਬਾਦਨ ਫਿਰ ਗਿਆ ਫਿਰ ਗਿਆ ਵਾਲਾ ਬਾਦਨ ਤੇ ਦੂਰ ਦੂਰ ਦਿਮਾਗ ਸਹੀ ਹੋਵੇ ਤੂੰ ਆਜੂਗਾ ਤੇ ਨਹੀਂ ਤੇ ਫਿਰ ਗਾਂਹ ਦੀ ਗਾਂਹ ਜਾਂਦਾ ਆ ਲੇਕਿਨ ਫਿਰ ਲੱਭ ਕੇ ਵੀ ਲਿਆਉਣਾ ਪੈਂਦਾ ਕਈ ਵਾਰੀ ਲੇਕਿਨ ਜ਼ਿਆਦਾਤਰ ਕਹਿੰਦਾ ਆ ਜਾਂਦੇ ਆ ਇਹਨਾਂ ਦੀ ਵੀ ਬੋਤਿਆਂ ਦੀ ਵੀ ਮੰਡੀ ਲੱਗਦੀ ਆ ਬਾਈ ਜਿੱਥੇ ਆਹਦਾ ਫੀਸ ਸੂਕ ਮੌਜੂਦ ਮਾਲ ਆਹਦਾ ਬੋਸ਼ ਚੀਕੂ ਤਾਨੀ ਮਰਰਾ ਅੱਧ ਚੀਕੂ ਮਾਲ ਹੋ ਉੱਥੇ ਚੱਲ ਜਾ ਉਹਦੇ ਕੋਲ ਨਹੀਂ ਲਾ ਲੈ ਚਾਬੀ ਕਿਤੇ ਇੱਥੇ ਡਿੱਗਦੀ ਕਿਤੇ ਕੁੜੀ ਜਾ ਦੀਰੇ ਤੋਂ ਰੂਤੋਂ ਖੋਭੀ ਜਾਣੀ ਥੱਲੇ ਤੂੰ ਉੱਥੇ ਜਾ ਕੇ ਬਾਈ ਕੋਲ ਕਾਵਾ ਪੀ ਇੱਥੇ ਰੇਤੇ ਬਣਨ ਤੋਂ ਪਹਿਲਾਂ ਜੋੜੇ ਲਾ ਕੇ ਤਾਂ ਨੂੰ ਚੱਲਦੇ ਆ ਜਦੋਂ ਆਪਾਂ ਇਹਨਾਂ ਦੇਸ਼ਾਂ ਬਾਰੇ ਦੁਬਈ ਬਾਰੇ ਕੋਈ ਬੰਦਾ ਨਾ ਲੈਂਦਾ ਤਾਂ ਆਪਣੇ ਦਿਮਾਗ 'ਚ ਪਹਿਲਾਂ ਆਹ ਰੇਤਾ ਆਉਂਦਾ ਆਹ ਰੇਤੇ ਦਾ ਜ਼ਿਕਰ ਛੱਡਦਾ ਹੁੰਦਾ ਸੈਂਡ ਡਿਊਨਸ ਡਿਊ ਸੈਂਡ ਕਹਿ ਦਿੰਦੇ ਆ ਹਾਂਜੀ ਡਿਊ ਸੈਂਡ ਕਹਿ ਦਿੰਦੇ ਆ ਡਿਊ ਸੈਂਡ ਕੁੱਤਾ ਵੀ ਨਿਕਲਿਆ ਜੀ ਲਓ ਜੀ ਅਮਾਨ 'ਚ ਬੜੇ ਦਿਨਾਂ ਤੋਂ ਕੁੱਤਾ ਅੱਜ ਦੇਖਿਆ ਬਸ ਰਹਿਣ ਦੇ ਰਹਿਣ ਦੇ ਵੱਡਾ ਬੈਲੀ ਆਹ ਆਹ ਤਾਰ ਵਾਲ ਕੇ ਇਹਨਾਂ ਨੇ ਆਪਦੀ ਨਿਸ਼ਾਨਦੇਹੀ ਕੀਤੀ ਆ ਆਹ ਬਸ ਬਸ ਆਹ ਹੀ ਆ ਜਿੱਦਾਂ ਇੱਦਾਂ ਠੀਕ ਆ ਆਹ ਥਾਂ ਨਾਲ ਹੀ ਰੜਾ ਬਾਈ ਅਤੇ ਨਾਲ ਹੀ ਇਹਦੇ ਉੱਤੇ ਰੇਤਾ ਇਹ ਰੇਤਾ ਤਾਂ ਫਿਰ ਤੁਰਿਆ ਫਿਰ ਥਾਂ ਬਦਲੀ ਜਾਂਦਾ ਆਪਦਾ ਇਹ ਥਾਂ ਬਦਲੀ ਜਾਣ ਡਿਆ ਇਹ ਜਿਹੜਾ ਏਰੀਆ ਨਾ ਅਸੀਂ ਬਕਾਇਦਾ ਪੱਕਾ ਆਪ ਕੱਢਿਆ ਹੋਇਆ ਇੱਥੋਂ ਅਸੀਂ ਸਾਰਾ ਏਰੀਏ ਤੋਂ ਇੱਦਾਂ ਦਾ ਲੈ ਗਏ ਹਾਂ ਚੱਕ ਕੇ ਟਿੱਪਰਾਂ ਨਾਲ ਹਾਂ ਕੇਬਲ ਜਿੱਥੇ ਪੈਂਦੀ ਆ ਨਾ ਹਾਂਜੀ ਉੱਥੇ ਕੇਬਲ ਦੇ ਉੱਤੇ ਡਿਊ ਸੈਂਡ ਪੈਂਦੀ ਹੈ ਕਿਉਂ ਇੱਥੇ ਪੱਥਰ ਦਾ ਇਲਾਕਾ ਨਾ ਅਤੇ ਡਿਊ ਸੈਂਡ ਜਦੋਂ ਕੇਬਲ ਪਾਉਂਦੇ ਆ ਪਹਿਲਾਂ ਥੱਲੇ ਇਹਨੂੰ ਪਾਉਂਦੇ ਆ ਉੱਤੇ ਬਾਅਦ ਫਿਰ ਕੇਬਲ ਪਾ ਕੇ ਜੀ ਉੱਤੋਂ ਦੀ ਬਾਅਦ ਦੇ ਵਿੱਚ ਫਿਰ ਪੱਥਰ ਵਾਲੀ ਮਿੱਟੀ ਪਾ ਦਿੰਦੇ ਆ ਯਾਨੀ ਕੇਬਲ ਇਹਦੇ ਵਿੱਚ ਰਹਿ ਜਾਂਦੀ ਆ ਓਕੇ ਕਿਉਂ ਠੰਡੀ ਰਹਿੰਦੀ ਹੈ ਨਾ ਕੇਬਲ ਫਿਰ ਗਰਮ ਹੋਵੇ ਤਾਂ ਉਹਨੂੰ ਮਤਲਬ ਕੇਬਲ ਕੋਈ ਡੈਮੇਜ ਨਹੀਂ ਹੁੰਦੀ ਜਿੱਦਾਂ ਤੇ ਬਾਈ ਇੱਥੇ ਮਤਲਬ ਜਦੋਂ ਗਰਮੀਆਂ ਦੀ ਰੁੱਤ ਹੁੰਦੀ ਆ ਉਦੋਂ ਹਨੇਰੀਆਂ ਵੱਧ ਵਗਦੀਆਂ ਜਾਂ ਹਨੇਰੀ ਤਾਂ ਵੱਧ ਵਗਦੀ ਲੇਕਿਨ ਰਾਤ ਨੂੰ ਠੰਡਾ ਹੁੰਦਾ ਭਲਿਆ ਠੰਡਾ ਹੁੰਦਾ ਤੇ ਆਹ ਰੇਤਾ ਉੱਡ ਕੇ ਆਸੇ ਪਾਸੇ ਚਲਾ ਜਾਂਦਾ ਉਹ ਹਾਂ ਇਹ ਥਾਂ ਬਦਲਦਾ ਰਹਿੰਦਾ ਇਹ ਥਾਂ ਬਦਲਦਾ ਰਹਿੰਦਾ ਬਾਕੀ ਪੈਰਾਂ ਦੀ ਆਹ ਚੀਜ਼ ਰਹਿਣੀ ਹੈ ਪਾਊਡਰ ਪਾਊਡਰ ਕੋਈ ਨਹੀਂ ਲੱਗਣਾ ਇੱਥੇ ਪੈਰ ਸਾਫ਼ ਹੀ ਰਹਿਣੇ ਆ ਪੈਰ ਸਾਫ਼ ਰਹਿਣੇ ਆ ਭਾਂ ਦੀ ਤੇ ਚੌਂਕੜਾ ਮਾਰ ਕੇ ਬਜੋ ਕੁਛ ਮੋਟਾ ਰੇਤਾ ਨਾ ਹਾਂ ਮੋਟਾ ਰੇਤਾ ਆ ਲਓ ਜੀ ਸਹੀ ਆ ਬਾਈ ਚਲੋ ਪਾਣੀ ਹੈ ਵੀ ਨਹੀਂ ਗਾ ਫਿਰ ਵੀ ਹਰਿਆਲੀ ਹੈਗੀ ਆ ਦਰਖਤ ਦਰੁਖਤ ਹੈਗੇ ਆ ਊਠਾਂ ਦਾ ਖਾਣਾ ਪੀਣਾ ਊਠਾਂ ਹੀ ਖਾ ਲੈਂਦੇ ਨੇ ਇਹ ਖਾ ਲੈਂਦੇ ਪੱਤੇ ਪੁੱਤੇ ਖਾਈ ਜਾਂਦੇ ਇੱਦਾਂ ਬਸ ਬਾਕੀ ਉੱਧਰ ਵੀ ਬੰਨੇ ਬੋਤੇ ਉਹ ਗੁਆਂਢੀਆਂ ਦੇ ਆ ਉਹ ਗੁਆਂਢੀਆਂ ਦੇ ਆ ਜੀ ਉਹ ਵੀ ਤਾਰਾਂ ਤੂਰਾਂ ਵਾਲੀ ਬੈਠੇ ਉਹ ਵੀ ਤਾਰਾਂ ਵਾਲੀਆਂ ਉਹਨਾਂ ਨੇ ਕਬਜ਼ਾ ਕੀਤਾ ਉਹ ਵੀ ਰੇਸਾਂ ਰੂਸਾਂ ਵਾਲੇ ਆ ਵੀ ਉੱਤੇ ਉਹ ਪਾਏ ਨਾ ਉਹਨਾਂ ਦੇ ਝੁੱਲ ਜੇ ਹਾਂ ਝੁੱਲ ਪਾਏ ਉੱਤੇ ਇਸ ਕਰਕੇ ਕਿ ਰੇਤੋ ਰੂਤੋ ਨਾਂ ਵਿੱਚ ਉਹਦੇ ਹਾਂ ਫਸੇ ਜਿੱਦਾਂ ਅੱਲਾ ਮਾਸ਼ਾਅੱਲਾ ਆ ਜਾ ਦਰਵਾਜ਼ਾ ਉਹਨਾਂ ਦਾ ਖੁੱਲ੍ਹਾ ਹੀ ਇੱਧਰ ਲਾਵੀ ਚਲੋ ਵੀਰੇ ਹਾਂ ਹਾਂ ਅੰਤੇ ਮਸਕਤ ਵੱਲਾ ਮਿੰਨੀ ਫਲੂਸ ਕਿਲੋ ਮਿੰਨੀ ਮਿੰਨੀ ਸਲਾਮ ਸ਼ੇਖ ਕੀ ਹਾਲ ਹਾਲ ਆਹ ਤਾਂ ਬੈਂਕ ਮਾਲ ਉਹ ਕਹਿੰਦਾ ਵੀ ਮੇਰੀ ਬੈਂਕ ਆ ਇਹ ਜਿਹੜੀ ਊਠ ਹੈ ਇਹ ਮੇਰੀ ਬੈਂਕ ਜਿਹੜੀ ਉੱਧਰ ਨੌਕਰੀ ਨਾਕਰੀ ਕਰਦਾ ਕਹਿੰਦਾ ਸਾਰੀ ਕਹਿੰਦਾ ਇੱਥੇ ਪੈਸੇ ਪਾਏ ਜ਼ੈਨ ਤਮਾ ਸ਼ੇਖ ਕੀ ਹਾਲ ਹਾਲ ਯਾ ਮਰਹਬਾ ਸਰਦਾਰ ਮਾਲਿੰਦੀ ਆਏਗੀ ਮਿਸ਼ਾਨ ਜ਼ਿਆਰ ਆਏਗਾ
ਬਸ ਸਦੀਕ ਸਦੀਕ ਯਾਨੀ ਮਾਫੀ ਡਰਾਈਵਰ ਹੋਈ ਗਈ ਜ਼ਿਆਰ ਬਸ ਦੂਰ ਦੂਰ ਕੀ ਹਾਲ ਚਾਲ ਹੈ ਜੀ ਕਿਵੇਂ ਸਿਹਤਾਂ ਠੀਕ ਠਾਕ ਮੈਂ ਤਾਂ ਸਰਦਾਰ ਇੰਡੀਆ ਸੇ ਹੈ ਹਾਂ ਆਪ ਲੋਕ ਕਿੱਧਰ ਸੇ ਬਲੋਚਿਸਤਾਨ ਪੰਜਾਬ ਸੇ ਹਾਂ ਪੰਜਾਬ ਵਾਲਿਆਂ ਨੂੰ ਤਾਂ ਪੰਜਾਬੀ ਆਉਣੀ ਚਾਹੀਦੀ ਯਾਰਾ ਸਰਾਇਕੀ ਹਾਂ ਸਹੀ ਸਹੀ ਆ ਇਹ ਪੰਜਾਬ ਤੋਂ ਬਾਹਰ ਪੈ ਗਈ ਨਾ ਫਿਰ ਸਰਾਇਕੀ ਜਿਹੜੀ ਬਾਹਰ ਪੈ ਗਈ ਨਾ ਹਾਂ ਸਹੀ ਸਹੀ ਹੋਰ ਠੀਕ ਠਾਕ ਸਹੀ ਸਹੀ ਆ ਹੋਰ ਵਧੀਆ ਵਧੀਆ ਠੀਕ ਠਾਕ ਆਪ ਕੈਸਾ ਠੀਕ ਠਾਕ ਬਿਲਕੁਲ ਵਧੀਆ ਅਸੀਂ ਥੋੜ੍ਹੀ ਫੋਟੋ ਜੀ ਲੈਣੀ ਸੀਗੀ ਹਾਂ ਹਾਂ ਹੋਰ ਠੀਕ ਠਾਕ ਲੈਂਦੇ ਪੰਜਾਬ ਤੋਂ ਬਾਈ ਹੁਣੀ ਹਾਂਜੀ ਲੈਂਦੇ ਪੰਜਾਬ ਤੋਂ ਲੈਂਦੇ ਪੰਜਾਬ ਤੋਂ ਕਿੱਥੋਂ ਨਹੀਂ 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 ਲੈ ਨਹੀਂ ਨਹੀਂ ਆਪ ਲੋਕ ਪੰਜਾਬ ਸੇ ਆ ਨਾ ਹਾਂ ਪਾਕਿਸਤਾਨ ਦੇ ਵਿੱਚੋਂ ਲੈਂਦੇ ਪੰਜਾਬ 'ਚ ਆਈ ਹਾਂ ਓਕੇ 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 ਹਾਂ ਲੇਕਿਨ ਉਹਨੂੰ ਅਸੀਂ ਪੰਜਾਬੀ ਨਹੀਂ ਆਉਂਦੀ ਨਾ ਅੱਛਾ ਤੇ ਇਹ ਇੱਥੇ ਆਪਕਾ ਕੌਨ ਸਾ ਪਲੇਨ ਸੂਬਾ ਹੈ ਹਾਂ ਪੰਜਾਬ ਪੰਜਾਬ ਤੋਂ ਆਏ ਹਾਂ ਲੇਕਿਨ ਹਮ ਲੋਕ ਉਰਦੂ ਨਹੀਂ ਬਾਤ ਕਰਤਾ ਹੈ ਨਾ ਜ਼ਿਆਦਾ ਹਮ ਲੋਕ ਪੰਜਾਬੀ ਬਾਤ ਕਰਤਾ ਹੈ ਆਪ ਲੋਕ ਸਰਾਖੀ ਮੇ ਉਰਦੂ ਮੇ ਬਾਤ ਕਰਤਾ ਹੈ ਪੰਜਾਬੀ ਨਹੀਂ ਆਤਾ ਜ਼ਿਆਦਾ ਸਹੀ ਹੈ ਨਾ ਯੇ ਯੇ ਅਭੀ ਆਪ ਲੋਕ ਅਭੀ ਇਸਕੋ ਤਾਲੀਮ ਦੇ ਰਹਾ ਹੈ ਇਸਕੋ ਰੇਸ ਕੇ ਲੀਏ ਹਾਂ ਯੇ ਵਾਲਾ ਜੋ ਊਠ ਹੈ ਯੇ ਅਭੀ ਉਸਕੋ ਉਹ ਰੇਸ ਵਾਲਾ ਊਠ ਹੈ ਉਸਕੋ ਤਾਲੀਮ ਦੇ ਰਹਾ ਹੈ ਨਹੀਂ ਹੈ ਤੋ ਪੂਰਾ ਰੇਸ ਵਾਲਾ ਯੇ ਵੀ ਰੇਸ ਵਾਲਾ ਯੇ ਇਸਕਾ ਕੀਮਤ ਕਿਤਨਾ ਰਹਤਾ ਹੈ ਓਮਾਨੀ ਰਿਆਲ ਮੇ ਅਗਰ ਅੱਛਾ ਵਾਲਾ ਟੌਪ ਵਾਲਾ ਨਿਕਲ ਜਾਏ ਤੋ ਟੌਪ ਵਾਲਾ ਹੋ ਤੋ 20,000 ਯਾਨੀ ਰਿਆਲ ਓਮਾਨੀ 20 ਰਿਆਲ ਹਾਂ ਹਾਂ 20,000 ਰਿਆਲ ਹਾਂ ਹਾਂ 50,000 ਰਿਆਲ ਵੀ ਹੋ ਜਾਂਦਾ ਹੈ 50,000 ਤੱਕ ਵੀ ਚਲਾ ਜਾਂਦਾ ਹੈ ਨਾਰਮਲ ਰੇਟ ਚਲਤੇ ਹਨ ਇਨਕਾ 8,000 ਰਿਆਲ 10,000 ਰਿਆਲ 12,000 ਰਿਆਲ ਹਾਂ ਹਾਂ ਸਹੀ ਸਹੀ ਹੈ ਤੋ ਲੇਕਿਨ ਅਭੀ ਇਹ ਇਹ ਜੋ ਅਭੀ ਇਹ ਇੱਕ ਹੀ ਓਮਾਨੀ ਕਾ ਹੈ ਨਹੀਂ ਹੈ ਤੋ ਅਲੱਗ ਅਲੱਗ ਓਮਾਨੀ ਕਾ ਹੈ ਹਾਂ ਇਹ ਅਲੱਗ ਅਲੱਗ ਮੁxtਲਫ ਹਾਂ ਲੇਕਿਨ ਐਸਾ ਆਪਕੋ ਅਭੀ ਮੈਂ ਊਠ ਦੇਗਾ ਆਪਣਾ ਲੈ ਕਰਕੇ ਤੋ ਆਪ ਲੋਕ ਲੇਗਾ ਤੋ ਇੱਕ ਮਹੀਨਾ ਕੇ ਲਈ ਉਸਕੋ ਤਾਲੀਮ ਦੇਣੇ ਕੇ ਲਈ ਪੈਸਾ ਲੇਗਾ ਕਿਤਨਾ ਪੈਸਾ ਲੇਤਾ ਹੈ ਤਕਰੀਬਨ 200-250 ਰਿਆਲ ਐਸੇ ਹਾਂ ਇੱਕ ਮਹੀਨਾ ਕੇ ਲਈ ਸਹੀ ਹੈ ਲੇਕਿਨ ਇਸਕਾ ਜੋ ਖਾਣਾ ਪੀਣਾ ਆਪ ਲੋਕ ਦੇਣੇ ਕਾ ਨਹੀਂ ਤੋ ਮੈਂ ਦੇਣੇ ਕਾ ਮਾਲਕ ਦੇਗਾ ਸਾਰਾ ਕਾ ਸਾਰਾ ਮੈਂ ਦੇਣੇ ਕਾ 200 ਰਿਆਲ ਜਾਂ 250 ਰਿਆਲ ਉਸਕਾ ਤਾਲੀਮ ਦੇਣੇ ਕਾ ਉਸਕੋ ਰੇਸ ਕੇ ਲਈ ਹਾਂ ਹਾਂ ਸਹੀ ਸਹੀ ਹੈ ਅਗਰ ਬੱਚਾ ਲੈਣਾ ਹੋਗਾ ਅਭੀ ਇਸਕੋ ਤਾਲੀਮ ਮਾਲੂਮ ਨਹੀਂ ਹੈ ਲੇਕਿਨ ਮੈਂ ਕਿਤਨੇ ਕਾ ਮਿਲੇਗਾ ਮੇਰੇ ਕੋ ਜਿਹੜਾ ਫਰੇਮ ਦੇ ਵਿੱਚ ਬਾਈ ਬੋਤੇ ਲਈ ਜਾਂਦਾ ਇਹ ਪਾਕਿਸਤਾਨ ਤੋਂ ਆ ਲੈਂਦੇ ਪੰਜਾਬ ਤੋਂ ਤੇ ਇਹਨਾਂ ਬੋਤਿਆਂ ਨੂੰ ਤਾਲੀਮ ਦਿੰਦਾ ਸਿਖਾਉਂਦਾ ਇਹਨਾਂ ਨੂੰ ਰੇਸਾਂ ਵਾਸਤੇ ਤਿਆਰ ਕਰਦਾ ਤੇ ਇਹਨਾਂ ਨੂੰ ਸਿਖਾਉਣ ਦਾ ਇਹ ਇੱਕ ਬੋਤੇ ਨੂੰ 250-300 ਰਿਆਲ ਲੈਂਦਾ ਮਾਲਕ ਤੋਂ ਤੇ ਸਿਖਾਉਂਦਾ ਖਾਣਾ ਪੀਣਾ ਸਾਰਾ ਮਾਲਕ ਦਾ ਹੁੰਦਾ ਊਠ ਇਹਨਾਂ ਇਲਾਕਿਆਂ ਦਾ ਮੁੱਖ ਜਾਨਵਰ ਆ ਅਤੇ ਊਠ ਨਾਲ ਹੀ ਸਾਰੀਆਂ ਇਹ ਰੀਝਾਂ ਪੂਰੀਆਂ ਕਰਦੇ ਆ ਸਮਾਨ ਦੇ ਢੋਆ ਢੁਆਈ ਦਾ ਖਰਚ ਕਰਨ ਦੀ ਲੋੜ ਨਹੀਂ ਸੜਕਾਂ ਬਣੀਆਂ ਹੋਰ ਸਾਧਨ ਬਹੁਤ ਆ ਊਠਾਂ ਨੂੰ ਸਿਰਫ ਇਹ ਵਰਤਦੇ ਆ ਖੇਡਾਂ ਵਾਸਤੇ ਉਹਨਾਂ ਨੂੰ ਭਜਾਉਂਦੇ ਆ ਜਿਵੇਂ ਆਪਣੇ ਪੰਜਾਬ 'ਚ ਪਿੰਡ ਆ ਕਿਲਾ ਰਾਏਪੁਰ ਜਿੱਥੋਂ ਦੀਆਂ ਮਿੰਨੀ ਓਲੰਪਿਕਸ ਮਸ਼ਹੂਰ ਆ ਉੱਥੇ ਵੀ ਜਿਵੇਂ ਬਲਦਾਂ ਦੀ ਦੌੜ ਬੜੀ ਹੁੰਦੀ ਸੀਗੀ ਉਹ ਇੰਡੀਆ ਦੇ ਵਿੱਚੋਂ ਬਣਿਆ ਕਾਨੂੰਨ ਦੂਜਾ ਵੀ ਪਸ਼ੂਆਂ ਨੂੰ ਜਾਨਵਰਾਂ ਨੂੰ ਤੁਸੀਂ ਭਜਾ ਨਹੀਂ ਸਕਦੇ ਉਹ ਤਾਂ ਕਰਕੇ ਮੇਨਕਾ ਗਾਂਧੀ ਵਾਲਾ ਕਨਸੈਪਟ ਜਿਹਾ ਉਹ ਬੰਦ ਕੀਤਾ ਹੋਇਆ ਪਰ ਇੱਥੇ ਖੁੱਲ੍ਹੀ ਖੇਡ ਆ ਇੱਥੇ ਬੋਤਿਆਂ ਦੀਆਂ ਰੇਸਾਂ ਹੁੰਦੀਆਂ ਨੇ ਰੇਸਾਂ ਦੇ ਵਿੱਚ ਉਸੇ ਤਰ੍ਹਾਂ ਨਾਮ ਦਿੱਤੇ ਜਾਂਦੇ ਜਿਵੇਂ ਆਪਣੇ ਕਬੱਡੀ ਵੇਲੇ ਕੋਈ ਟਰੈਕਟਰ ਨਾਲ ਮਾਨ ਸਨਮਾਨ ਕਰਦਾ ਜਾਂ ਕਿਵੇਂ ਕਰਦਾ ਇਹ ਕੀ ਦਿੰਦੇ ਇੱਥੇ ਲੈਂਡ ਕਰੂਜ਼ਰ ਵਧੀਆ ਗੱਡੀ ਮੰਨੀ ਜਾਂਦੀ ਆ ਅਤੇ ਇਹਨਾਂ ਨੂੰ ਇਨਾਮ ਵਜੋਂ ਲੈਂਡ ਕਰੂਜ਼ਰ ਮਿਲਦੀਆਂ ਨੇ ਜਿਵੇਂ ਉਹ ਵੀਰ ਨੇ ਦੱਸਿਆ ਵਾਹਵਾ ਜਾਣਕਾਰੀ ਦੇ ਕੇ ਗਿਆ ਉਹ ਬਾਈ ਅਤੇ ਇੱਥੇ ਇਹੋ ਜਿਹੀਆਂ ਖੇਡਾਂ ਨੇ ਜਦੋਂ ਕੋਈ ਚੰਗਾ ਲੱਗ ਜਾਂਦਾ ਮੁੱਲ ਉਹਦਾ ਉਦੋਂ ਬਾਅਦ ਉਹਨੂੰ ਵੇਚ ਵੀ ਸਕਦਾ ਬੰਦਾ ਰੇਤਿਆਂ 'ਚ ਐਂ ਬਣਿਆ ਹੁੰਦਾ ਵੀ ਭਾਈ ਜਿੱਥੋਂ ਸੂਰਜ ਛਿਪਦਾ ਉਹ ਖਾਸ ਥਾਂ ਹੁੰਦੀ ਆ ਸਨਸੈੱਟ ਦੇਖਣ ਲੋਕ ਆਉਂਦੇ ਆ ਪਰ ਅਰਬ ਦੇ ਜਿਹੜੇ ਮੁਲਕ ਆ ਸਾਰੀ ਇਹ ਰੇਤੇ ਨੇ ਅਤੇ ਇੱਥੇ ਥਾਂ ਥਾਂ 'ਤੇ ਸਨਸੈੱਟ ਇੰਨਾ ਸੋਹਣਾ ਦਿੰਦਾ ਉਹ ਬੱਦਲਾਂ ਦੇ ਪਾਰ ਜਾਂਦੀਆਂ ਕਿਰਨਾਂ ਦਿਸਦੀਆਂ ਨੇ ਅਤੇ ਇੱਧਰਲੇ ਪਾਸੇ ਜਿਹੜੇ ਆ ਵੀਰ ਮਿਲੇ ਸੀ ਓਮਾਨ ਵਾਲੇ ਇਹ ਕਹਿੰਦੇ ਵੀ ਆ ਜਾਓ ਤੁਹਾਨੂੰ ਕਾਹਵੇ ਦੀ ਘੁੱਟ ਪਿਆਉਣੇ ਆ ਕਾਹਵਾ ਇਹਨਾਂ ਦਾ ਮੁੱਖ ਚੀਜ਼ ਆ ਜਿਵੇਂ ਆਪਾਂ ਚਾਹ ਪੁੱਛਦੇ ਹਾਂ ਕਾਹਵਾ ਪੁੱਛਦੇ ਆ ਇਹਨਾਂ ਦਾ ਕਾਹਵੇ ਦਾ ਕੱਪ ਸਾਂਝਾ ਕਰਦੇ ਹਾਂ ਜਾ ਕੇ ਇਹਨਾਂ ਨਾਲ ਸਮਨਾ ਮਲਬਾ ਕਰਾਂ ਹਾਂ ਹਾਂ ਉਹ ਕਹਿੰਦਾ ਦੇਸੀ ਘੇ ਦੇ ਵਿੱਚ ਕੋਈ ਰਲਾ ਕੇ ਦੇਣ ਡਿਆ ਮੈਂ ਅੱਛਾ ਦੇਸੀ ਘੇ ਦੇ ਵਿੱਚ ਕੋਈ ਰਲਾ ਕੇ ਦੇ ਰਿਹਾ ਕਹਿੰਦਾ ਵੀ ਉਹ 2 ਰਿਆਲ ਦੀ ਪੈਕਿੰਗ ਆਉਂਦੀ ਹੈ ਕਹਿੰਦਾ ਡੇਲੀ ਮੈਂ ਦਿੰਦਾ ਕਹਿੰਦਾ ਉਹ
ਬੋਤਿਆਂ ਨੂੰ ਹਾਂ ਦੇਸੀ ਕੇ ਆ ਰੈਡੀ ਕਰ ਰਿਹਾ ਉਹ ਆ ਚੁੱਲ੍ਹਾ ਚੌਂਤਰਾ ਇਹਨਾਂ ਦਾ ਇਧਰਲੇ ਪਾਸੇ ਅਲੀ ਇਸ਼ਵੀ ਤਰਤੀਬ ਉਹ ਬਾਅਦ ਨਾਰ ਅੰਤੇ ਹਾਂ ਆ ਦੇਖਿਆ ਬਾਈ ਆ ਦੇਸੀ ਘੇ ਆ ਜੀ ਬਾਈ ਇਹ ਦੇਸੀ ਘੇ ਆ ਇਹਦੇ ਵਿੱਚ ਆਹ ਕੁਛ ਦਿੰਦਾ ਆ ਕਹਿੰਦਾ ਮੈਂ ਆਹ ਦਿੰਦਾ ਆਹ ਚੀਜ਼ ਜਿਹੜੇ ਦੌੜਨ ਵਾਲੇ ਆ ਦੌੜਨ ਵਾਲੇ ਊਠ ਆ ਸਾਰੇ ਉਹਨਾਂ ਨੂੰ ਕੋਈ ਇੱਦਾਂ ਦੀ ਖੁਰਾਕ ਚੂਰਨ ਇੱਦਾਂ ਦਾ ਕੁਛ ਹਾਂਜੀ ਠੀਕ ਹੈ ਜੀ ਆ ਜਾਓ ਬਾਈ ਕਾਹਵਾ ਪੀ ਲਈਏ ਘੁੱਟ ਘੁੱਟ ਚਲੋ ਜੀ ਉਹ ਆਪਣਾ ਦੇਵ ਬਾਈ ਉਡੀਕਦਾ ਹੁਣ ਆਪਾਂ ਨੂੰ ਓਕੇ ਪ੍ਰਾਹੁਣਾਚਾਰੀ ਵਜੋਂ ਕਾਹਵਾ ਕਾਹਵਾ ਇਹ ਬਣਾ ਕੇ ਰੱਖਦੇ ਪਹਿਲਾਂ ਅਤੇ ਕਾਹਵੇ ਦੇ ਨਾਲ ਖਜੂਰਾਂ ਅਤੇ ਇੱਕ ਆ ਬਾਲਟੇ ਦੇ ਵਿੱਚ ਧਾਮੇ 'ਚ ਪਾਣੀ ਪਾ ਕੇ ਰੱਖਦੇ ਆ ਇਹ ਪਾਣੀ 'ਚ ਹੱਥ ਧੋਵੋ ਅਤੇ ਖਜੂਰਾਂ ਚੱਕ ਚੱਕ ਖਾਈ ਚੱਲੋ ਅਤੇ ਨਾਲੋ ਨਾਲ ਪਾਣੀ ਦੂਜਾ ਕਾਹਵਾ ਪੀ ਚੱਲੋ ਲਓ ਸ਼ੁਕਰਾਨ ਸ਼ੁਕਰਾਨ ਦਾ ਪਤਾ ਲੱਗ ਗਿਆ ਸਿੱਖ ਗਏ ਬਾਈ ਅਸੀਂ ਹਲਕੇ ਜਿਹੇ ਅਰਬੀ ਬਣਦੇ ਜਾਂਦੇ ਹਾਂ ਇੱਥੇ ਥੱਲੇ ਬਹਿ ਜਾਈਏ ਹਾਂ ਥੱਲੇ ਥੱਲੇ ਮੈਂ ਕਹਿੰਦਾ ਹਾਂਜੀ ਇਹ ਜਿਹੜਾ ਕਾਹਵਾ ਸੀਗਾ ਤੁਸੀਂ ਕੱਲ੍ਹ ਜਾ ਰਹੇ ਸੀਗੇ ਅਸੀਂ ਅੱਜ ਉੱਡ ਜਾਣਾ ਸੀ ਤੁਸੀਂ ਅੱਜ ਸਵੇਰੇ ਸਵੇਰੇ ਨਿਕਲ ਜਾਣਾ ਸੀਗਾ ਜੀ ਤਾਂ ਮੈਂ ਰੋਕਿਆ ਮੈਂ ਕਿਹਾ ਚੱਲ ਯਾਰ ਕਿਸ ਤਰ੍ਹਾਂ ਤੁਸੀਂ ਕਹਿੰਦਾ ਨਹੀਂ ਜਾਣਾ ਜਾਣਾ ਰੋਕਿਆ ਕਹਿੰਦੇ ਬਲਦੇਵ ਦੀ ਦਾੜ ਨੇ ਬਲਦੇਵ ਦੀ ਜਾੜ ਨੇ ਰੋਕੇ ਅੱਜ ਦਾੜ ਹੁੰਦੀ ਕਿ ਜਾੜ ਹੁੰਦੀ ਆ ਅਸੀਂ ਜਾੜ ਕਹਿ ਦਿੰਦੇ ਹਾਂ ਬਾਈ ਅਸੀਂ ਦਾੜ ਕਹਿੰਦੇ ਹਾਂ ਤੂੰ ਦੱਦੇ ਨਾਲ ਕਹਿੰਦੇ ਅਸੀਂ ਦੱਦੇ ਦੇ ਕਹਿੰਦੇ ਹਾਂ ਸਹੀ ਹੈ ਜੀ ਮੈਂ ਡਾਕਟਰ ਤੋਂ ਦਵਾਈ ਲੈ ਕੇ ਆਇਆ ਪੰਜਾਬ ਤੋਂ ਉਹਨੇ ਵੀ ਦੱਦੇ 'ਤੇ ਲਿਖੀ ਸੀਗੀ ਅਸੀਂ ਜਾ ਡਾਕਟਰ ਫਿਰ ਸਾਡੇ ਏਰੀਏ ਦਾ ਹੋਊਗਾ ਤੁਹਾਡੇ ਏਰੀਏ ਦਾ ਨਾ ਹੋਊਗਾ ਹਾਂ ਉਹ ਪੰਜਾਬੀ ਸ਼ਖਸ ਤੋਂ ਬੋਲ ਰਹੇ ਹਾਂ ਕਪੂਰਥਲਾ ਏਰੀਆ ਦਾ ਭਾਈ ਸਾਡਾ ਜਿਹੜਾ ਨਾ ਜੀ ਉਹ ਦਾੜ ਹੀ ਕਹਿੰਦਾ ਆ ਹਾਂ ਸਹੀ ਆ ਬਾਈ ਇੱਥੇ ਜਿਵੇਂ ਆਪਾਂ ਪੰਜਾਬੀ 'ਚ ਬਾਈ ਅੱਡੋ ਅੱਡੀ ਆ ਹੈ ਨਾ ਜਿਵੇਂ ਮਾਝੀ ਮਾਲਵੀ ਦੁਆਬੀ ਪੁਆਧੀ ਅੱਡੋ ਅੱਡੀ ਬੋਲੀਆਂ ਦੇ ਲਹਿਜੇ ਆ ਅਤੇ ਇੱਥੇ ਵੀ ਬੋਲੀਆਂ ਦੇ ਲਹਿਜੇ ਅੱਡੋ ਅੱਡੀ ਹੈਗੇ ਆ ਐਵੇਂ ਐਵੇਂ ਹੀ ਹਾਂ ਅਲੱਗ ਅਲੱਗ ਆ ਨਜ਼ਬੇ ਵਾਲੇ ਅਲੱਗ ਬੋਲਦੇ ਆ ਇੱਧਰਲੇ ਜਿਹੜੇ ਸ਼ਰਕੀਆ ਜਿਹੜਾ ਇੱਧਰਲਾ ਸ਼ਰਕੀਆ ਨੂੰ ਕਹਿ ਦਿੰਦੇ ਆ ਇਹ ਅਲੱਗ ਬੋਲਦੇ ਇੱਧਰ ਤੁਹਾਨੂੰ ਖਜੂਰਾਂ ਦੇਣੀਆਂ ਜਾਣ ਲੱਗਿਆ ਕਿੱਦਾਂ ਕਰਨੀ ਫਿਰ ਸਾਨੂੰ ਖਜੂਰਾਂ ਉਹਨੇ ਕਿਹਾ ਸੀ ਬਾਈ ਨੇ ਨਾ ਜੁਮੇ ਨੇ ਹਾਂ ਲੇਕਿਨ ਫਿਲਹਾਲ ਤੁਸੀਂ ਫਿਰ ਲਵੋ ਲਾਸਟ ਟਾਈਮ ਦੇ ਵਿੱਚ ਮੈਨੂੰ ਦੱਸਿਓ ਹਾਂ ਚਲੋ ਜੀ ਚੜ ਗਈ ਚੜ ਗਈ ਮਿੱਟੀ ਮੈਂ ਉੱਥੇ ਜਾ ਕੇ ਪਾ ਲੈਂਦਾ ਓ ਕਾਹਵਾ ਖਜੂਰਾਂ ਵੈਸੇ ਅਸੀਂ ਉਹ ਉੱਥੋਂ ਪੀ ਵੀ ਆਏ ਕਾਹਵਾ ਤਾਂ ਲਿਖ ਲੈ ਸੀ ਕਾਹਵਾ ਫੀਸ਼ਰ ਬਾ ਮੈਂ ਕਸ਼ਮੀਰ ਕਸ਼ਮੀਰ ਦੂਰ ਦੂਰ ਗਦੀਰ ਗਦੀਰ ਉਹ ਫਿਰ ਨਹੀਂ ਨਹੀਂ ਤੁਸੀਂ ਚਲਾਓ ਬਾਈ ਉਹ ਰਾਹ ਦਾ ਭੁਲੇਖਾ ਪੈ ਜਾਣਾ ਨਾ ਸਾਈਕਲ ਨਾਲੋਂ ਵੱਡਾ ਤਾਂ ਨਹੀਂ ਇੱਥੇ ਬਾਈ ਹੁਣਾਂ ਨੇ ਦੱਸਿਆ ਵੀ ਜਿਹੜੀ ਇਹ ਬੋਤੀਆਂ ਨੇ ਇਹਨਾਂ ਬੋਤਿਆਂ ਦੀ ਉਮਰ 35 ਸਾਲ ਹੁੰਦੀ ਆ ਅਤੇ ਜਦੋਂ 3 ਕੁ ਸਾਲ ਦੀ ਉਮਰ ਦੀ ਬੋਤੀ ਹੁੰਦੀ ਉਹ ਆਸ ਹੋ ਜਾਂਦੀ ਆ ਅਤੇ 11 ਗੱਭ ਹੋਣ ਤੋਂ ਬਾਅਦ 10 ਮਹੀਨਾ ਕੁ ਬਾਅਦ ਉਹ ਸੁਣਦੀ ਆ ਅਤੇ ਇੱਕ ਬੋਤੀ ਆਪਦੀ ਉਮਰ ਦੇ ਵਿੱਚ 10 ਕੁ ਸੂਏ ਸੁਣਦੀ ਆ ਦੁੱਧ ਜਿਹੜਾ ਜੇ ਵੱਧ ਜੇ ਤਾਂ ਫਿਰ ਇਹ ਆਪ ਵੀ ਚੋ ਲੈਂਦੇ ਆ ਅਤੇ ਜਿਹੜਾ ਇਹ ਮੀਟ ਖਾਂਦੇ ਆ ਬੋਤਿਆਂ ਬੁੱਤ ਜਿਹੜੇ ਪਸ਼ੂ ਫਾਂਡਰੂ ਹੋ ਜਾਂਦੇ ਆ ਇਹਨਾਂ 'ਚੋਂ ਜਿਵੇਂ ਆਪਣੇ ਮੈਂ ਗਾਵਾਂ ਵੀ ਫਾਂਡਰੂ ਹੋ ਜਾਂਦੀਆਂ ਉਸੇ ਤਰ੍ਹਾਂ ਇਹ ਉਹਨੂੰ ਫਿਰ ਵੱਢ ਕੇ ਖਾਣਾ ਸ਼ੁਰੂ ਕਰ ਦਿੰਦੇ ਆ ਦੰਦ ਜਾੜਾ ਬਣਾ ਕੇ ਮਾੜਾ ਮੋਟਾ ਘੁੰਮ ਕੇ ਇਸ ਵੇਲੇ ਆਪਣਾ ਲੜਕਾ ਕੋਲੇ ਬੈਠਾ ਕਿਹਨੂੰ ਖਾ ਰਿਹਾ ਹੈ ਅੱਜ ਸਵੇਰ ਦਾ ਜਵਾਕਾਂ ਵਾਂਗੂ ਤਾਂ ਆਈਸਕ੍ਰੀਮ 'ਤੇ ਜ਼ੋਰ ਆ ਡਾਕਟਰ ਨੇ ਕਿਹਾ ਵੀ ਭਾਈ ਠੰਡੀਆਂ ਚੀਜ਼ਾਂ ਖਾਣੀਆਂ ਨੇ ਅਤੇ ਠੰਡੀਆਂ ਚੀਜ਼ਾਂ ਖਾਈ ਜਾਂਦਾ ਇਹ ਚਾਹ ਚੂਹ ਤੋਂ ਸਾਰੇ ਗੱਜ ਤੱਤੀਆਂ ਚੀਜ਼ਾਂ ਪਰਹੇਜ ਆ ਕੱਲ੍ਹ ਨੂੰ ਮਿਲਦੇ ਹਾਂ ਆਪਾਂ ਕੱਲ੍ਹ ਦੇ ਸਫ਼ਰ 'ਚ ਕੱਲ੍ਹ ਦੀ ਵੀਡੀਓ ਦੇ ਨਾਲ ਅਲ ਅਸ਼ਕਰਾ ਵੱਲ ਨੂੰ ਸਮੁੰਦਰ ਵੱਲ ਨੂੰ ਓਮਾਨ ਦੇ ਨਵੇਂ ਰੰਗ ਦੇਖਾਂਗੇ ਆਹ ਜਗ੍ਹਾ 'ਤੇ ਅੱਜ ਆਪਣੀ 3ਜੀ ਰਾਤ ਆ
ਰਾਤ ਤੇ ਕੋਈ ਲਾਉਣੀ ਸੀ ਬਸ ਉਹ ਕਹਿੰਦੇ ਵੀ ਖਾਣਾ ਦਾਣਾ ਜਿੱਥੇ ਖਿਲ ਰਿਹਾ ਹੁੰਦਾ ਬੰਦਾ ਪਰ ਉੱਥੇ ਵੱਧ ਘੱਟ ਖਾਂਦਾ ਸੋ ਉਸ ਹਿਸਾਬ ਨਾਲ ਇੱਥੇ ਰੁਕੇ ਹੋਏ ਹਾਂ ਅਤੇ ਮਿਲਦੇ ਹਾਂ ਆਪਾਂ ਕੱਲ੍ਹ ਦੇ ਸਫ਼ਰ 'ਚ ਕੱਲ੍ਹ ਦੀ ਵੀਡੀਓ ਦੇ ਨਾਲ ਬੇਨਤੀ ਇਹ ਹੈ ਕਿ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਵੇਂ ਆ ਅਤੇ ਨਾਲ ਹੀ ਧੰਨਵਾਦ ਬਾਈ ਸਰਬਜੀਤ ਹੋਣੀ ਅਤੇ ਉਹਨਾਂ ਦੇ ਸਾਰੇ ਪਰਿਵਾਰ ਦਾ ਸਾਨੂੰ ਇਹ ਸ਼ਹਿਰ ਦੇ ਵਿੱਚ ਉਹ ਘੁਮਾ ਰਹੇ ਨੇ ਸ਼ੁਕਰਾਨਾ।